ਜੇ ਸਰਕਾਰ ਕਿਸਾਨਾਂ ਦਾ ਫਾਇਦਾ ਕਰਨਾ ਚਾਹੁੰਦੀ ਹੈ ਤਾਂ ਕੁਛ ਤਾਂ ਫੀਲਡ 'ਚ ਦਿਖਾਵੇ ਨਾ, ਫੀਲਡ ਦੇ ਵਿੱਚ ਅਮਲਦਾਰੀ ਦਿਖਾਵੇ, ਫੀਲਡ ਦੇ ਵਿੱਚ ਉਹ ਗੱਲਾਂ ਕਰਕੇ ਦਿਖਾਵੇ ਜਿਹੜੀਆਂ ਕਦੇ ਪਹਿਲੀਆਂ ਦੂਜੀਆਂ ਸਰਕਾਰਾਂ ਨੇ ਨਹੀਂ ਕੀਤੀਆਂ। ਉਹ ਨਵੀਂ ਸਰਕਾਰ ਆਵੇ ਤਾਂ ਇਹੋ ਜਿਹਾ ਕੁਛ ਕਰਕੇ ਦਿਖਾਵੇ ਵੱਖਰਾ, ਜਿਹਦੇ ਨਾਲ ਕਿਸਾਨਾਂ ਦੀ ਆਮਦਨ ਵੱਧਦੀ ਹੋਵੇ ਜਾਂ ਕਿਸਾਨਾਂ ਨੂੰ ਵਿਸ਼ਵਾਸ ਵਧੇ ਵੀ ਸਾਡੇ ਵਾਸਤੇ ਸਰਕਾਰ ਕੁਛ ਕਰ ਰਹੀ ਹੈ। 1500 ਰੁਪਈਆ ਇੱਕ ਕਿਸਾਨ ਨੂੰ ਪਰ ਏਕੜ ਦਾ ਐਲਾਨ ਕੀਤਾ ਸਰਕਾਰ ਨੇ, ਜਿਹੜਾ ਬਹੁਤ ਥੋੜ੍ਹਾ ਹੈ, ਪਰ ਐਂ ਤਾਂ ਕਹਿ ਸਕਦੇ ਹਾਂ ਵੀ ਪੋਜ਼ਿਟਿਵ ਸੋਚਦੇ ਨੇ ਉਹ ਵੀ ਕੁਛ ਕਰਨਾ ਚਾਹੁੰਦੇ ਨੇ, ਪਰ ਘੱਟੋ ਘੱਟ 10,000 ਤਾਂ ਚਾਹੀਦਾ ਨਾ। ਜਿਹੜਾ ਬੰਦਾ ਸਿੱਧੀ ਬਿਜਾਈ ਕਰਦਾ ਉਹ ਰਿਸਕ ਲਊਗਾ, ਉਹਦਾ ਝਾੜ ਘੱਟਦਾ, ਉਹ ਝਾੜ 2 ਕੁਇੰਟਲ ਘੱਟ ਜਾਂਦਾ, 3 ਕੁਇੰਟਲ ਘੱਟ ਜਾਂਦਾ, ਉਹ ਨੁਕਸਾਨ ਝੱਲਣ ਯੋਗ ਤਾਂ ਹੋਵੇ ਨਾ। ਸਰਕਾਰ ਉਹ ਰਹਿਤ ਦੇਵੇ ਜੇ ਕਿਸਾਨਾਂ ਨੂੰ ਤੁਸੀਂ ਦੂਜੀ ਫਸਲਾਂ ਤੋਂ ਝੋਨੇ 'ਚੋਂ ਕੱਢ ਕੇ ਦੂਜੀਆਂ ਫਸਲਾਂ ਵਾਲੇ ਪਾਸੇ ਪਾਉਣਾ ਤਾਂ ਕੋਈ ਲਾਲਚ ਨਾ ਦਿਓ। ਕਿੰਨੀਆਂ ਪ੍ਰੋਪਰਟੀਆਂ, ਕਿੰਨੀਆਂ ਜਾਇਦਾਦਾਂ, ਕਿੰਨੇ ਬੜੇ ਬੜੇ ਧਨਾੜ ਨੇ ਜਿੰਨੀਆਂ ਗਲਤ ਢੰਗ ਨਾਲ ਪ੍ਰੋਪਰਟੀਆਂ ਬਣਾਈਆਂ ਨੇ ਉਹਨੂੰ ਜ਼ਬਤ ਕਰਨਾ, ਵੱਡੇ ਸਰਮਾਏਦਾਰਾਂ 'ਤੇ ਟੈਕਸ ਲਾਉਣਾ, ਵੱਡੀਆਂ ਜ਼ਮੀਨਾਂ ਜਗੀਰਦਾਰਾਂ ਜਿਹੜੀਆਂ ਜ਼ਮੀਨਾਂ ਲੋਟੀਆਂ ਨੇ ਰੋਕ ਰੱਖੇ ਨੇ ਕਬਜ਼ੇ, ਸਰਕਾਰ ਛਡਾਵੇ ਉਹਨਾਂ ਨੂੰ, ਪ੍ਰੋਪਰਟੀਆਂ ਦੱਬੀਆਂ ਹੋਈਆਂ ਨੇ। ਪੈਸਾ ਕਿੱਥੋਂ ਆਉਂਦਾ ਹੈ? ਖਜ਼ਾਨੇ 'ਚ ਚੋਰ ਮੋਰ ਖਜ਼ਾਨਾ ਭਰਦਾ, ਕਿਉਂ ਨਹੀਂ ਖਜ਼ਾਨੇ ਚੋਰ ਮੋਰੀਆਂ ਬੰਦ ਕਰੇ ਸਰਕਾਰ? ਪਾਰਟੀ ਬਣਾਉਣੀ ਸੀ ਬਣਾ ਲੈਂਦੀ, ਪਰ ਉਹਨਾਂ ਦੀ ਜਿਹੜੀ ਪਹਿਲੀ ਸਟੇਟਮੈਂਟ ਲੱਗੀ ਆ ਵੀ 22 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਪਾਰਟੀ ਬਣਾ ਲਈ, ਇਹ ਤਰੀਕਾ ਨਹੀਂ। ਜਥੇਬੰਦੀਆਂ ਨੂੰ ਮੂਲ ਰੂਪ ਦੇ ਵਿੱਚ ਹੀ ਕਨਵਰਟ ਪੋਲੀਟੀਕਲ ਪਾਰਟੀ 'ਚ ਕਰ ਲੈਣਾ, ਇਹ ਜ਼ਿਆਦਾ ਖਤਰਨਾਕ ਸੀ। ਪਰ ਉਦੋਂ ਬਾਅਦ ਪੋਜ਼ਿਟਿਵ ਇਹ ਹੋਇਆ ਕਿ 16 ਕਿਸਾਨ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਵੀ ਸੰਯੁਕਤ ਸਮਾਜ ਮੋਰਚੇ ਨੂੰ ਨਾਤਾ ਤੋੜ ਕੇ ਕਿਸਾਨ ਸੰਘਰਸ਼ ਮੋਰਚੇ ਦੇ ਵਿੱਚੋਂ ਫਿਰ ਆਉਣ ਵਾਸਤੇ ਰਾਜ਼ੀ ਹੋ ਗਈਆਂ, ਇਹ ਪੋਜ਼ਿਟਿਵ ਹੈ। ਜਿਹੜੀ ਹੁਣ ਸ਼ੁਰੂ 'ਚ ਹਾਲਤਾਂ ਨੇ ਸਰਕਾਰ ਕੋਲੋਂ, ਮੇਰੇ ਖਿਆਲ 'ਚ ਜਿਵੇਂ ਹੁਣ ਬਿਜਲੀ ਦਾ ਹੈ, ਬਿਜਲੀ ਦੀ ਸਪਲਾਈ ਹੈ, ਡਿਵਰਸੀਫਿਕੇਸ਼ਨ ਦੀ ਗੱਲ ਕਰਦੇ ਨੇ, ਬਿਜਲੀ ਦੀ ਸਪਲਾਈ ਹੈ, ਫਿਰ ਦੂਜੀਆਂ ਫਸਲਾਂ ਮੂੰਗੀ ਮੱਕੀ ਤਾਂ ਬੀਜਣੀ ਬੀਜੀ ਹੋਈ ਹੈ ਸਾਡੀ, ਉਹਨੂੰ ਪਾਣੀ ਮਿਲਣ ਵਾਸਤੇ ਜੇ ਸੈਫੀਸ਼ੈਂਟ ਬਿਜਲੀ ਨਹੀਂ ਹੈ ਫਿਰ ਤਾਂ ਕਿਸਾਨਾਂ ਦੀਆਂ ਸਮੱਸਿਆ ਆਉਣਗੀਆਂ, ਫਿਰ ਤਾਂ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨੇ ਪੈਣਗੇ। ਇਸ ਕਰਕੇ ਜੇ ਸਰਕਾਰ ਕਿਸਾਨਾਂ ਦਾ ਫਾਇਦਾ ਕਰਨਾ ਚਾਹੁੰਦੀ ਹੈ ਤਾਂ ਕੁਛ ਤਾਂ ਫੀਲਡ 'ਚ ਦਿਖਾਵੇ ਨਾ, ਫੀਲਡ ਦੇ ਵਿੱਚ ਅਮਲਦਾਰੀ ਦਿਖਾਵੇ, ਫੀਲਡ ਦੇ ਵਿੱਚ ਉਹ ਗੱਲਾਂ ਕਰਕੇ ਦਿਖਾਵੇ ਜਿਹੜੀਆਂ ਕਦੇ ਪਹਿਲੀਆਂ ਦੂਜੀਆਂ ਸਰਕਾਰਾਂ ਨੇ ਨਹੀਂ ਕੀਤੀਆਂ। ਉਹ ਨਵੀਂ ਸਰਕਾਰ ਆਵੇ ਤਾਂ ਇਹੋ ਜਿਹਾ ਕੁਛ ਕਰਕੇ ਦਿਖਾਵੇ ਵੱਖਰਾ, ਜਿਹਦੇ ਨਾਲ ਕਿਸਾਨਾਂ ਦੀ ਆਮਦਨ ਵੱਧਦੀ ਹੋਵੇ ਜਾਂ ਕਿਸਾਨਾਂ ਨੂੰ ਵਿਸ਼ਵਾਸ ਵਧੇ ਵੀ ਸਾਡੇ ਵਾਸਤੇ ਸਰਕਾਰ ਕੁਛ ਕਰ ਰਹੀ ਹੈ। ਦੇਸ਼ ਵਿੱਚ ਬਿਜਲੀ ਸੰਕਟ ਦੇਖਿਆ ਜਾ ਰਿਹਾ, ਤੁਸੀਂ ਵੀ ਗੱਲ ਕੀਤੀ ਹੈ, ਝੋਨੇ ਦੀ ਬਿਜਾਈ ਜਿਹੜੀ ਉਹ ਸਿਰ ਦੇ ਉੱਤੇ ਆ, ਇੱਕ ਜੋਨਾਂ 'ਚ ਵੰਡਣ ਦੀ ਗੱਲ ਚੱਲੀ ਹੈ, ਤੁਸੀਂ ਕਿਵੇਂ ਦੇਖਦੇ ਹੋ ਵੀ ਉਸ ਨਾਲ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਦਾ? ਸਰਕਾਰ ਨੇ ਸਿੱਧੀ ਬਿਜਾਈ ਦੀ ਅਪੀਲ ਕੀਤੀ ਹੈ, ਕੀ ਕਿਸਾਨ ਉਸ ਵੱਲ ਪ੍ਰੇਰਿਤ ਹੋਣਗੇ? ਦੇਖੋ ਜੇ ਕੋਈ ਕੋਸ਼ਿਸ਼ ਕਰਦਾ ਨਾ ਡਿਵਰਸੀਫਿਕੇਸ਼ਨ ਦੀ ਜਾਂ ਪਾਣੀ ਅਤੇ ਬਿਜਲੀ ਦੇ ਸੰਕਟ 'ਤੇ ਸੰਸੀਅਰ ਹੋ ਕੇ ਸੋਚਦਾ ਤਾਂ ਉਹ ਪੋਜ਼ਿਟਿਵ ਹੈ, ਚੰਗੀ ਗੱਲ ਹੈ ਜੇ ਉਹ ਸੋਚਦਾ, ਪਰ ਇਕੱਲਾ ਸੋਚਣਾ ਕਾਫੀ ਨਹੀਂ ਨਾ ਹੁੰਦਾ, ਉਹਨੂੰ ਅਮਲ 'ਚ ਤੁਸੀਂ ਕਰਕੇ ਤਾਂ ਦਿਖਾਓ। ਜੋਨਾਂ 'ਚ ਵੰਡਣ ਦੀ ਗੱਲ ਕਰਦੇ ਨੇ ਜਾਂ ਸਿੱਧੀ ਬਿਜਾਈ ਦੀ ਗੱਲ ਕਰਦੇ ਨੇ, ਹੁਣ ਸਿੱਧੀ ਬਿਜਾਈ 1500 ਰੁਪਈਆ ਇੱਕ ਕਿਸਾਨ ਨੂੰ ਪਰ ਏਕੜ ਦਾ ਐਲਾਨ ਕੀਤਾ ਸਰਕਾਰ ਨੇ, ਜਿਹੜਾ ਬਹੁਤ ਥੋੜ੍ਹਾ ਹੈ, ਪਰ ਐਂ ਤਾਂ ਕਹਿ ਸਕਦੇ ਹਾਂ ਵੀ ਪੋਜ਼ਿਟਿਵ ਸੋਚਦੇ ਨੇ ਉਹ ਵੀ ਕੁਛ ਕਰਨਾ ਚਾਹੁੰਦੇ ਨੇ, ਪਰ ਘੱਟੋ ਘੱਟ 10,000 ਤਾਂ ਚਾਹੀਦਾ ਨਾ। ਜਿਹੜਾ ਬੰਦਾ ਸਿੱਧੀ ਬਿਜਾਈ ਕਰਦਾ ਉਹ ਰਿਸਕ ਲਊਗਾ, ਉਹਦਾ ਝਾੜ ਘੱਟਦਾ, ਉਹ ਝਾੜ 2 ਕੁਇੰਟਲ ਘੱਟ ਜਾਂਦਾ, 3 ਕੁਇੰਟਲ ਘੱਟ ਜਾਂਦਾ, ਉਹ ਨੁਕਸਾਨ ਝੱਲਣ ਯੋਗ ਤਾਂ ਹੋਵੇ ਨਾ। ਸਰਕਾਰ ਉਹ ਰਹਿਤ ਦੇਵੇ ਜੇ ਕਿਸਾਨਾਂ ਨੂੰ ਤੁਸੀਂ ਦੂਜੀ ਫਸਲਾਂ ਤੋਂ ਝੋਨੇ 'ਚੋਂ ਕੱਢ ਕੇ ਦੂਜੀਆਂ ਫਸਲਾਂ ਵਾਲੇ ਪਾਸੇ ਪਾਉਣਾ ਤਾਂ ਕੋਈ ਲਾਲਚ ਤਾਂ ਦਿਓ, ਕੋਈ ਰੈਲਟੀ, ਕੋਈ ਰਹਿਤ ਤਾਂ ਦਿਓ ਉਹਨਾਂ ਨੂੰ ਵੀ ਭਾਈ ਆਹ ਤੂੰ ਆਹ ਕੰਮ ਕੀਤਾ ਤੈਨੂੰ ਆਹ ਰਹਿਤ ਦਿੰਦੇ ਆ, ਦਾਲਾਂ ਦੀ MSP ਦੇ ਦਿਓ, ਮੱਕੀ ਦੀ MSP ਦੇ ਦਿਓ, ਬਾਂਸਪਤੀ ਦਾ MSP ਦੇ ਦਿਓ, ਵੀ ਬਾਂਸਪਤੀ ਭਾਈ ਆਹ ਰੇਟ 'ਤੇ ਖਰੀਦਾਂਗੇ। ਅਸੀਂ ਤਾਂ ਸਾਰੀਆਂ ਗੱਲਾਂ ਸਰਕਾਰ ਨੂੰ ਕਹਿ ਕੇ ਐਂ ਲਿਖਤੀ ਵੀ ਭੇਜੀਆਂ ਨੇ ਅਸੀਂ ਸਰਕਾਰ ਨੂੰ ਵੀ ਜੇ ਤੁਸੀਂ ਬਦਲ ਕਰਨਾ ਚਾਹੁੰਦੇ ਹੋ, ਬਿਜਲੀ ਦੇ ਸੰਕਟ ਨੂੰ ਦੂਣਾ, ਪਾਣੀ ਦੇ ਸੰਕਟ ਨੂੰ ਮੁੱਕ ਰੱਖ ਕੇ ਗੱਲ ਕਰਨਾ ਚਾਹੁੰਦੇ ਹੋ ਤਾਂ ਫਸਲਾਂ ਦੀ ਬਦਲ ਜੋਨਾਂ 'ਚ ਵੰਡਣ ਦੀ ਤਜਰਬਾ ਉਹਨਾਂ ਦਾ ਆਪਦਾ, ਉਹਨਾਂ ਦੇ ਮਾਹਰਾਂ ਨੇ ਦੱਸਿਆ ਹੋਣਾ ਜੋਨਾਂ 'ਚ ਵੰਡ ਕੇ ਉਹ ਕਿੰਨੀ ਕੁ ਸਕੀਮ ਠੀਕ ਹੈ, ਉਹ ਇੰਪਲੀਮੈਂਟ ਹੋਣ ਤੋਂ ਬਾਅਦ ਹੀ ਪਤਾ ਲੱਗਣਾ, ਪਹਿਲਾ ਤਜਰਬਾ ਹੈ, ਕਰਕੇ ਦੇਖਦੇ ਨੇ, ਚੰਗੀ ਗੱਲ ਹੈ। ਕਰਜ਼ਾ ਮਾਫ਼ੀ ਦੇ ਵਾਅਦੇ ਹਰਸ ਜਿਹੜੀ ਪਾਰਟੀ ਉਹ ਕਰਕੇ ਆਈ ਹੈ, ਸੱਤਾ 'ਚ ਆਈ ਹੈ, ਪਿਛਲੀ ਸਰਕਾਰ ਵੀ, ਉਸ ਤੋਂ ਪਹਿਲਾਂ ਵੀ ਤੁਸੀਂ ਸੰਘਰਸ਼ ਵੀ ਕਰਦੇ ਰਹੇ ਹੋ, ਇਸ ਸਰਕਾਰ ਦਾ ਵੀ ਟੀਚਾ ਕਿਵੇਂ ਦੇਖਦੇ ਹੋ? ਭਾਵੇਂ ਹਾਲੇ ਸਮਾਂ ਥੋੜ੍ਹਾ ਹੋਇਆ, ਤੁਹਾਨੂੰ ਲੱਗਦਾ ਵੀ ਇਹ ਸੰਭਵ ਹੈ ਇੰਨਾ ਕਰਜ਼ਾ ਮਾਫ਼ ਹੋਣਾ? ਦੇਖੋ ਅਸੰਭਵ ਤਾਂ ਕੋਈ ਵੀ ਚੀਜ਼ ਨਹੀਂ, ਜੇ ਕਰਨਾ ਚਾਹੇ ਕੋਈ ਅਸੰਭਵ ਨਹੀਂ ਹੈ। 1,00,000 ਕਰੋੜ ਕਰਜ਼ਾ ਹੈ ਕਿਸਾਨਾਂ ਸਿਰ, ਪੰਜਾਬ ਦੀ ਸਰਕਾਰ ਸਿਰ 3,00,000 ਕਰੋੜ ਕਰਜ਼ਾ ਹੈ। ਜੇ ਇਹ ਕਰਜ਼ੇ ਦਾ ਕਿਤੋਂ ਹੱਲ ਕੱਢਣਾ ਹੋਵੇ ਤਾਂ ਕਿੰਨੀਆਂ ਪ੍ਰੋਪਰਟੀਆਂ, ਕਿੰਨੀਆਂ ਜਾਇਦਾਦਾਂ, ਕਿੰਨੇ ਬੜੇ ਬੜੇ ਧਨਾੜ ਨੇ ਜਿੰਨੀਆਂ ਗਲਤ ਢੰਗ ਨਾਲ ਪ੍ਰੋਪਰਟੀਆਂ ਬਣਾਈਆਂ ਨੇ ਉਹਨੂੰ ਜ਼ਬਤ ਕਰਨਾ, ਵੱਡੇ ਸਰਮਾਏਦਾਰਾਂ 'ਤੇ ਟੈਕਸ ਲਾਉਣਾ, ਵੱਡੀਆਂ ਜ਼ਮੀਨਾਂ ਜਗੀਰਦਾਰਾਂ ਜਿਹੜੀਆਂ ਜ਼ਮੀਨਾਂ ਲੋਟੀਆਂ ਨੇ ਰੋਕ ਰੱਖੇ ਨੇ ਕਬਜ਼ੇ, ਸਰਕਾਰ ਛਡਾਵੇ ਉਹਨਾਂ ਨੂੰ,
ਪ੍ਰੋਪਰਟੀਆਂ ਦੱਬੀਆਂ ਹੋਈਆਂ ਨੇ, ਪੈਸਾ ਕਿੱਥੋਂ ਆਉਂਦਾ ਹੈ? ਖਜ਼ਾਨੇ 'ਚ ਚੋਰ ਮੋਰ ਖਜ਼ਾਨਾ ਭਰਦਾ ਕਿਉਂ ਨਹੀਂ? ਖਜ਼ਾਨੇ ਚੋਰ ਮੋਰੀਆਂ ਬੰਦ ਕਰੇ ਸਰਕਾਰ, ਪੈਸਾ ਕਰੇ ਮੁਹੱਈਆ, ਫਿਰ ਕਰਜ਼ੇ ਖਤਮ ਹੋ ਸਕਦੇ ਨੇ। ਕਰਜ਼ੇ ਖਤਮ ਹੋਣ ਨਾਲ ਹੀ ਗੱਲ ਨਹੀਂ ਬਣਦੀ, ਕਰਜ਼ਾ ਮੁੜ ਕੇ ਨਾ ਚੜ੍ਹੇ, ਹੋਈ ਜੀ ਨੀਤੀ ਬਣਾਉਣੀ ਪੈਣੀ ਆ। ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਗੱਲ ਚੱਲਦੀ ਆ, ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦੀ ਗੱਲ ਚੱਲਦੀ ਆ, ਤੁਹਾਡੀ ਜਥੇਬੰਦੀ ਹੋਰ ਜਥੇਬੰਦੀਆਂ ਨਾਲ ਕਿ ਸੰਘਰਸ਼ ਕਰਦੀ ਰਹੀ ਆ, ਇਹ ਲੰਮਾ ਸਮਾਂ ਹੋ ਗਿਆ ਲਾਗੂ ਨਹੀਂ ਹੁੰਦਾ, MSP ਵੀ ਨਹੀਂ ਹੁੰਦਾ, ਸਵਾਮੀਨਾਥਨ ਦੀਆਂ ਸਿਫਾਰਿਸ਼ਾਂ, ਕਿ ਕਿਹੋ ਜਿਹੇ ਸੰਘਰਸ਼ ਦੀ ਰੂਪਰੇਖਾ, ਜਾਂ ਕਿਉਂ ਨਹੀਂ ਗੱਲ ਸਮਝ ਆ ਰਹੀ ਸੈਂਟਰ ਦੇ, ਜਾਂ ਤੁਹਾਨੂੰ ਸਮਝਾਉਣੀ ਨਹੀਂ ਆ ਰਹੀ? ਇਹ ਨਹੀਂ ਗੱਲ ਵੀ ਸਾਨੂੰ ਸਮਝਾਉਣੀ ਨਹੀਂ ਆਉਂਦੀ, ਕਿਤੇ ਕੇਂਦਰ ਦੇ ਸਮਝ ਨਹੀਂ ਆਉਂਦੀ। ਗੱਲਾਂ ਦੋਨੇ ਠੀਕ ਨੇ, ਸਾਨੂੰ ਸਮਝਾਉਣੀ ਵੀ ਬਹੁਤ ਤਰੀਕੇ ਨਾਲ ਆਉਂਦੀ ਹੈ ਅਤੇ ਕੇਂਦਰ ਨੂੰ ਸਮਝ ਵੀ ਬਹੁਤ ਤਰੀਕੇ ਨਾਲ ਆਈ ਹੈ। ਹੁਣ ਅਮਲ 'ਚ ਕਿਉਂ ਨਹੀਂ ਆਉਂਦਾ? ਸਵਾਲ ਤਾਂ ਇਹ ਹੈ, ਅਮਲ ਦੇ ਵਿੱਚ ਉਹਨਾਂ ਦੀ ਧੌਣ ਦੇ ਵਿੱਚ ਪਿਛਲੇ ਪਾਸੇ ਵੱਡੇ ਵੱਡੇ ਕਾਰਪੋਰੇਟ ਬੈਠੇ, ਅਡਾਨੀ ਅੰਬਾਨੀ ਬੈਠੇ, ਜਿਨ੍ਹਾਂ ਤੋਂ ਮੋਦੀ ਸਾਹਿਬ ਨੇ ਮਾਫ਼ੀ ਨਹੀਂ ਮੰਗੀ 19 ਨਵੰਬਰ ਨੂੰ, ਵੀ ਮੈਂ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਸੋਨੂ ਦਾ ਮਤਲਬ ਕਾਰਪੋਰੇਟ, ਪਤਾ ਉਹਨਾਂ ਨੂੰ ਸਭ ਕੁਝ ਹੈ, ਸਮਝਦੇ ਸਭ ਕੁਝ ਹੈ, ਸਾਨੂੰ ਸਾਰਾ ਕੁਝ ਸਮਝਾਉਣਾ ਹੁੰਦਾ, ਪਰ ਸਰਕਾਰ ਜਾਣ ਬੁੱਝ ਕੇ ਉਹ ਚਾਲਾਂ ਕਰਦੀ ਹੈ, ਕਿਉਂਕਿ ਕਾਰਪੋਰੇਟ ਬੜੀ ਤਾਕਤ ਹੈ। ਕਾਰਪੋਰੇਟ ਨੂੰ ਉਹ ਬੰਦਾ ਚਾਹੀਦਾ ਜਿਹੜਾ ਉਹਨਾਂ ਦੀ ਨੀਤੀ ਨੂੰ ਸਹੀ ਤਰੀਕੇ ਨਾਲ ਲਾਗੂ ਕਰ ਸਕਦਾ ਹੋਵੇ। ਇਹ ਮੋਦੀ ਵਾਲਾ 'ਚ ਨਹੀਂ ਰਹਿਣਾ, ਇਹ ਵੀ ਚੱਲਿਆ ਹੋਇਆ ਰੌਂਦ ਬਣ ਜਾਣਾ, ਫਿਰ ਉਹਨਾਂ ਨੇ ਕੋਈ ਕੇਜਰੀਵਾਲ ਵਰਗਾ ਕੱਢ ਲੈਣਾ। ਉਹ ਇਹੋ ਜਿਹਾ ਬੰਦਾ ਕੱਢਦੇ ਆ ਜਿਹੜਾ ਆਪਦੀ ਨੀਤੀ, ਉਹਨਾਂ ਨੂੰ ਨੀਤੀ ਲਾਗੂ ਕਰੇ ਅਤੇ ਜਨਤਾ ਦੀ ਬਗਾਵਤ ਵੀ ਨਾ ਉੱਠੇ। ਤੁਹਾਡਾ ਸੰਗਠਨ ਕਿਸਾਨ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦਾ ਰਿਹਾ, ਇਸ ਵੇਲੇ ਕਿਹੜੇ ਮਸਲੇ ਨੇ ਜਿਹੜੇ ਤਰਜੀਹ 'ਤੇ ਹੱਲ ਹੋਣੇ ਮੰਗਦੇ ਹੋ, ਅਤੇ ਕਈ ਵਾਰ ਤੁਸੀਂ ਚੇਤਾਵਨੀ ਦਿੰਦੇ ਹੋ ਸੰਘਰਸ਼ ਦੀ, ਉਹ ਚੇਤਾਵਨੀ ਦੀ ਰੂਪਰੇਖਾ ਕੀ ਹੁੰਦੀ ਹੈ ਅਤੇ ਤਰਜੀਹ 'ਤੇ ਕੀ ਆ? ਦੇਖੋ, ਇਸ ਵੇਲੇ ਜਿਹੜੀ ਆ ਸਰਕਾਰ ਜਾਂ ਫੌਰੀ ਮੈਂ ਜਿਹੜੀਆਂ ਪਹਿਲਾਂ ਗਿਣਿਆ ਕੇ ਗਿਆ ਸਮੱਸਿਆਵਾਂ ਆਉਣਗੀਆਂ, ਗ੍ਰਿਫਤਾਰੀਆਂ ਦੀਆਂ, ਕਰਜ਼ੇ ਦੀਆਂ, ਬਿਜਲੀ ਦੀਆਂ, ਇਹ ਤਾਂ ਅਸੀਂ ਲੜਾਂਗੇ। ਅਸੀਂ ਸੋਚ ਰਹੇ ਹਾਂ ਮੁੱਖ ਤੌਰ 'ਤੇ ਪਾਣੀ ਵਾਲੇ ਇਸ਼ੂ ਨੂੰ ਲਵਾਂਗੇ, ਅਸੀਂ ਨਸ਼ਿਆਂ ਵਾਲੇ ਇਸ਼ੂ ਨੂੰ ਵੀ ਅਸੀਂ ਲੈਣਾ, ਪਾਣੀ ਵਾਲੇ ਇਸ਼ੂ ਨੂੰ ਵੀ ਅਸੀਂ ਨੇ ਲੈਣਾ। ਪਾਣੀ ਮੁਕਾਉਣ ਦਾ ਜ਼ਿੰਮੇਵਾਰ ਕੌਣ ਹੈ? ਇਹ ਆਪਣੇ ਲੋਕਾਂ ਨੂੰ, ਪਾਣੀ ਨੂੰ ਕੀ ਸਮਝਿਆ ਜਾਂਦਾ, ਪਾਣੀ ਦਾ ਕੀ ਤਰੀਕਾਕਾਰ ਇਹਨਾਂ ਨੇ, ਪਾਣੀ ਪ੍ਰਦੂਸ਼ਣ ਕਿਉਂ ਕੀਤਾ, ਇਹਦੇ ਕਾਰਨ ਕੀ ਨੇ, ਇਹ ਗੱਲਾਂ ਆਪਣੇ ਲੋਕਾਂ 'ਚ ਲੈ ਕੇ ਜਾਣ ਦੀ ਸਾਡੀ ਹੈਗੀ ਹੈ ਤਿਆਰੀ ਅਗਲੇ ਸਮੇਂ ਦੇ ਵਿੱਚ। ਬਾਕੀ ਜਿਹੜੇ ਭੱਖ ਦੇ ਮੁੱਦੇ ਨੇ, ਜਿਵੇਂ ਕਰਜ਼ਾ ਹੈ, ਕੋਰਕੀਆਂ ਨੇ, ਗ੍ਰਿਫਤਾਰੀਆਂ ਨੇ, ਜਾਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਉਣੀ ਹੈ, ਜਿਨਸਾਂ ਦੇ ਭਾਅ ਹੈ, ਮਹਿੰਗਾਈ ਵਾਲੇ ਇਸ਼ੂ ਨੇ, ਉਹ ਸਾਡੇ ਲੰਮੇ ਦਾ ਇਸ਼ੂ ਚੱਲਦੇ ਰਹਿਣਗੇ। 3 ਖੇਤੀ ਬਿੱਲਾਂ ਖਿਲਾਫ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇੱਕਜੁੱਟ ਹੋ ਕੇ ਰੋਹ ਭਰਪੂਰ ਜਿਹੜਾ ਸੀਗਾ ਉਹ ਸੰਘਰਸ਼ ਕੀਤਾ। ਅੱਜ ਦੇ ਸੰਦਰਭ ਵਿੱਚ ਕੀ ਕਿਸਾਨ ਜਥੇਬੰਦੀਆਂ ਦੀ ਇੱਕਜੁੱਟਤਾ ਉਵੇਂ ਹੀ ਹੈ? ਚੋਣਾਂ ਕਰਕੇ ਕੁਛ ਨਾ ਕੁਛ ਬਖਰੇਵੇਂ ਆਏ ਨੇ, ਕੁਛ ਫਰਕ ਪਿਆ ਇਹਦੇ 'ਚ, ਕੋਈ ਅਤਕਥਨੀ ਨਹੀਂ ਹੈ, ਨਵੀਂ ਗੱਲ ਨਹੀਂ। ਪਰ ਜਥੇਬੰਦੀਆਂ ਜਦੋਂ ਕੋਈ ਭਖਦਾ ਇਹੋ ਜਿਹਾ ਇਸ਼ੂ ਆਊਗਾ, ਕਿਉਂਕਿ ਪੰਜਾਬ ਦੀਆਂ ਜਥੇਬੰਦੀਆਂ ਦੂਜੀਆਂ ਸਟੇਟਾਂ ਨਾਲ, ਉਹਨਾਂ ਦਾ ਫਰਕ ਹੈ, ਇਹਨਾਂ ਨੂੰ ਇਕੱਠੇ ਕਰਨਾ ਜਦੋਂ ਗੱਲ ਸਮਝ ਆ ਜਾਂਦੀ ਹੈ, ਚਲ ਕੁਛ ਕੁ ਬੰਦੇ ਹੁੰਦੇ ਨੇ ਉਹਨਾਂ ਨੂੰ ਵੀ ਸਮਝਾਇਆ ਜਾਂਦਾ, ਮਿਨੀਮਮ ਪ੍ਰੋਗਰਾਮ 'ਤੇ ਸਹਿਮਤੀ ਬਣਾਈ ਜਾ ਸਕਦੀ ਹੈ, ਰਾਹ ਖੁੱਲ੍ਹਾ, ਕੋਈ ਐਡੀ ਵੱਡੀ ਸਮੱਸਿਆ ਨਹੀਂ, ਮੁੜ ਕੇ ਵੀ ਇਕੱਠੇ ਹੋ ਸਕਦੇ। ਤੁਹਾਨੂੰ ਲੱਗਦਾ ਵੀ ਕੁਝ ਕਿਸਾਨ ਆਗੂਆਂ ਦੇ ਰਾਜਨੀਤੀ ਵਿੱਚ ਕੁੱਦਣ ਨਾਲ, ਜਿਵੇਂ ਉਹਨਾਂ ਨੇ ਚੋਣ ਲੜੀ, ਕਿਸਾਨਾਂ ਦੀ ਜਿਹੜੀ ਇੱਕਜੁੱਟਤਾ ਦੀ ਜਿਹੜੀ ਸੀ ਉਹਨੇ ਵੀ ਉਹਨੂੰ ਢਾਹ ਲਾਈ ਆ, ਅਤੇ ਕੀ ਫਰਕ ਪਿਆ ਉਸ ਨਾਲ, ਕਿਉਂਕਿ ਉਹਨਾਂ ਆਗੂਆਂ ਨੂੰ ਸਮਰਥਨ ਨਹੀਂ ਮਿਲਿਆ? ਦੇਖੋ, ਚੋਣ ਲੜਨ 'ਤੇ ਇਤਰਾਜ਼ ਨਹੀਂ ਸੀਗਾ, ਚੋਣਾਂ ਦੇ ਵਿੱਚ ਸ਼ਾਮਿਲ ਹੋਣ ਦਾ ਤਰੀਕਾਕਾਰ 'ਤੇ ਇਤਰਾਜ਼ ਸੀ, ਉਹ ਤਰੀਕਾ ਨਹੀਂ ਸੀ ਠੀਕ। ਉਹਨਾਂ ਨੇ ਪਾਰਟੀ ਬਣਾਉਣੀ ਸੀ, ਬਣਾ ਲੈਂਦੇ, ਪਰ ਉਹਨਾਂ ਦੀ ਜਿਹੜੀ ਪਹਿਲੀ ਸਟੇਟਮੈਂਟ ਲੱਗੀ ਆ ਵੀ 22 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਪਾਰਟੀ ਬਣਾ ਲਈ, ਇਹ ਤਰੀਕਾ ਨਹੀਂ ਸੀ। ਜਥੇਬੰਦੀਆਂ ਨੂੰ ਮੂਲ ਰੂਪ ਦੇ ਵਿੱਚ ਹੀ ਕਨਵਰਟ ਪੋਲੀਟੀਕਲ ਪਾਰਟੀ 'ਚ ਕਰ ਲੈਣਾ, ਇਹ ਜ਼ਿਆਦਾ ਖਤਰਨਾਕ ਸੀ। ਪਰ ਉਦੋਂ ਬਾਅਦ ਪੋਜੀਟਿਵ ਇਹ ਹੋਇਆ ਕਿ 16 ਕਿਸਾਨ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਵੀ ਸੰਯੁਕਤ ਸਮਾਜ ਮੋਰਚੇ ਨੂੰ ਨਾਤਾ ਤੋੜ ਕੇ ਕਿਸਾਨ ਸੰਘਰਸ਼ ਮੋਰਚੇ ਦੇ ਵਿੱਚੋਂ ਫਿਰ ਆਉਣ ਵਾਸਤੇ ਰਾਜ਼ੀ ਹੋ ਗਈਆਂ, ਇਹ ਪੋਜੀਟਿਵ ਹੈ। ਜਿਹੜੀਆਂ ਜਥੇਬੰਦੀਆਂ ਸੰਯੁਕਤ ਸਮਾਜ ਮੋਰਚੇ ਨਾਲ ਜੜੀਆਂ ਹੋਈਆਂ ਨੇ ਅਜੇ, ਉਹ ਪਾਰਟੀ ਹੈ, ਉਹ ਇਲੈਕਸ਼ਨ ਲੜਦੇ ਨੇ, ਉਹ ਲੜਨ। ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਭਾਈ, ਸੰਯੁਕਤ ਸਮਾਜ ਮੋਰਚਾ ਇੱਕ ਪਾਰਟੀ ਆ, ਉਹ ਪਾਰਟੀ ਵੱਖਰੀ ਹੋ ਜੇ, ਆਪਦੀ ਜਿਹੜੀ ਟ੍ਰੇਡ ਜਥੇਬੰਦੀ ਹੈ, ਕਿੱਤਾ ਜਥੇਬੰਦੀ, ਉਹਨਾਂ ਨੂੰ ਅੱਡ ਕਰਕੇ, ਉਹਦੀ ਹੋਂਦ ਬਰਕਰਾਰ ਕਰਕੇ, ਉਹ ਵੀ ਜੇ ਕਿਸਾਨ ਸੰਘਰਸ਼ ਸ਼ਾਮਿਲ ਹੋਣਾ ਚਾਹੁੰਦੇ ਨੇ ਹੋ ਜਾਣਾ।